ماري ستيتمنٹ دے دیو پنجاب سرکار دے نمائندے نال ایتھوں اسی 13 تاریخ دے بیٹھے ہاں تے اسی اوتھوں سٹیج تو اعلان کیتا سی کہ پنجاب سرکار ساڈا پانی دا تے بتی دا ایتھوں دا رہن سہن دا صفائی دا پربند کرے پر پنجاب سرکار دے سر تے چونی تھکی جدوں اسی اپنا قافلہ لے کے وڈا قافلہ لے کے ڈابی گجرا موڑ تے گئے ਪ੍ਰਬੰਧ ਨੂੰ ਜਾਮ ਕੀਤਾ ਜਾਮ ਕਰਨ ਤੋਂ ਬਾਅਦ ਰੋਡ ਚੋਂ ਦੋ ਨਿੱਕੇ ਨਿੱਕੇ ਚੂਹੇ ਆਏ ਤਹਿਸੀਲਦਾਰ ਜਾਂ ਹੋਰ ਬੰਦੇ ਅਧਿਕਾਰੀ ਉਹ ਇਹ ਗੱਲ ਕਹਿ ਕੇ ਗਏ ਕਿ ਅਸੀਂ ਤੁਹਾਡੀ ਕੱਲੀ ਕੱਲੀ ਗੱਲ ਮੰਨਦੇ ਹਾਂ ਕੱਲੀ ਕੱਲੀ ਗੱਲ ਲਾਗੂ ਕਰਾਂਗੇ ਤੇ ਸਾਨੂੰ ਕੱਲ ਵੀ 4 ਵਜੇ ਦਾ ਟਾਈਮ ਦਿੱਤਾ ਗਿਆ ਫਿਰ ਸਮਾਂ ਦਿੱਤਾ ਗਿਆ ਕਿ 24 ਘੰਟੇ ਚ ਲਾਗੂ ਕਰਨ ਦਾ ਸਟੇਜ ਤੋਂ ਗੱਲ ਰੱਖੀ ਗਈ ਤਹਿਸੀਲਦਾਰ ਵੱਲੋਂ ਕਿ 24 ਘੰਟੇ ਜਹੀ ਲਾਗੂ ਕਰਾਂਗੇ ਕੋ 100 ਸੱਚ ਗੱਲ ਦਾ ਕਿ 24 ਘੰਟੇ ਦੇ ਬਜਾਏ 72 ਘੰਟੇ ਹੋ ਗਏ 72 ਘੰਟਾ ਜੀ ਵੀ ਅਜੇ ਕੋਈ ਆਸ ਨਹੀਂ ਅੱਜ ਦਫ਼ਤਰ ਨਾ ਖੁੱਲਣ ਕਰਕੇ ਆਡੀ ਕਮੇਟੀ ਨੇ ਖੜਾਉਣੀ ਨੇ ਇਹ ਅੱਜ ਦਾ ਅਰਥੀ ਭੁੱਖ ਮਜ਼ਾਰਾ ਕਰਨ ਵਾਸਤੇ ਤੈਅ ਕੀਤਾ ਸੀ ਜਿਸ ਵਿੱਚ ਸਟੇਜ ਤੋਂ ਬਾਅਦ ਅਸੀਂ 3:30 ਵਜੇ ਪੰਜ ਭਗਤ ਮਾਨ ਦੀ ਪੰਜਾਬ ਸਰਕਾਰ ਦੀ ਅਰਥੀ ਲੈ ਕੇ ਆ ਲੋਕ ਚਾਰੀ ਜਾਏ ਆ ਤੇ ਮੰਗ ਕਰ ਰਹੇ ਆ ਕਿ ਪਾਣੀ ਦਾ ਬੱਤੀ ਦਾ ਪ੍ਰਬੰਧ ਕੀਤਾ ਜਾਵੇ ਜੇ ਪਾਣੀ ਦਾ ਬੱਤੀ ਦਾ ਪ੍ਰਬੰਧ ਨਾ ਕੀਤਾ ਤੇ ਆਉਣ ਵਾਲਾ ਸਮਾਂ ਚ ਇਸ ਵਕਤ ਤੱਕ ਦੋਵੇਂ ਮਰਚੇ ਐਲਾਨ ਕਰਨ ਜਾ ਰਹੇ ਆ ਕਿੱਥੇ ਸਾਡੀ ਦਾਬ ਇੱਥੋਂ ਦੀ ਭਾਜਪਾ ਸਰਕਾਰ ਦੇ ਖਿਲਾਫ ਸਵਾਲ ਕੱਢਣ ਵਾਸਤੇ ਰੱਖੇ ਨੇ ਉਹਨਾਂ ਨੂੰ ਕਾਲੇ ਝੰਡੇ ਦਿਖਾਉਣ ਵਾਲਾ ਗੱਲ ਰੱਖਿਆ ਤੇ ਸਟੇਜ ਤੋਂ ਮੈਂ ਇਹ ਕਹਿਣਾ ਚਾਹੁੰਦਾ ਜੇ ਪਾਣੀ ਬੱਤੀ ਦਾ ਸਾਡਾ ਪ੍ਰਬੰਧ ਨਾ ਕੀਤਾ ਗਿਆ ਭਗਵੰਤ ਮਾਨ ਦੇ ਕੁੱਲ ਕਾਫਲੇ ਨੂੰ ਸਾਰੇ ਪੰਜਾਬ ਦੇ ਪਿੰਡਾਂ 'ਚ ਵੰਡ ਨਹੀਂ ਦਿੱਤਾ ਜਾਵੇਗਾ ਜੇ ਸਾਡਾ ਪਾਣੀ ਦਾ ਬੱਤੀ ਦਾ ਪ੍ਰਬੰਧ ਫੌਰੀ ਤੌਰ 'ਤੇ ਨਹੀਂ ਕੀਤਾ ਜਾਂਦਾ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਸੱਦਾ ਦਿੰਦਾ ਹਾਂ ਮੈਂ ਆਸ ਕਰਦਾ ਸਾਰੇ ਦੋਸਤਾਂ ਦਾ ਜਿਹੜੇ ਮੇਰੇ ਲੀਡਰ ਵੱਖ ਵੱਖ ਜਥੇਬੰਦੀ ਦੇ ਇੱਥੇ ਆਏ ਨੇ ਉਹਨਾਂ ਸਾਰਿਆਂ ਸਾਥੀਆਂ ਦਾ ਅਸੀਂ ਕੋੜ ਕੋੜ ਵਾਰੀ ਤੁਹਾਨੂੰ ਕਰਦੇ ਹਾਂ ਘਨੌਰੀ ਕਮੇਟੀ ਵੱਲੋਂ ਕੀ ਆਸ ਕਰਦੇ ਹਾਂ ਦੋਸਤੋ ਪੰਜਾਬ ਸਰਕਾਰ ਸਾਡੀ ਇਸ ਸੁਣਾਉਣੀ ਨੂੰ ਭਾਵੇਂ ਤੁੱਛ ਜੀ ਆ ਕਹੀਂ ਅੱਠੀ ਲੈ ਕੇ ਆਏ ਲੋਕ ਚੜੀ ਜਾ ਇਹ ਸੁਣਵਾਈ ਸਮਝ ਲੈ ਨਹੀਂ ਤਾਂ ਆਉਣ ਵਾਲੇ ਸਮਝ ਚਲਵਾਈ ਤਿੱਖੀ ਕਰਾਂਗੇ ਇੰਨਾ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਮੁਰਦਾਬਾਦ 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 ਮੁਰਦਾਬਾਦ
مرتضى 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 مرت